ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਕਲਰਕ ਦਾ ਐਗਜ਼ਾਮ ਹੋਇਆ ਸੀ TRPLSB ਦਾ ਤੇ ਜਿਨ੍ਹਾਂ ਵੀ ਐਗਜ਼ਾਮ ਦਿੱਤਾ ਸੀ ਆਪਣੇ ਆਨਸਰ ਦੇਖ ਸਕਦੇ ਆ ਜੀ ਤੇ ਜਿਹੜੀ ਮੈਂ ਆਨਸਰ ਕੀ ਮਿਲ ਕੇ ਐਨਾਲਿਸਿਸ ਕੀਤਾ ਜੀ ਉਹਦੇ ਵਿੱਚੋਂ 95% ਮਿਲ ਗਈ ਸਵਾਲ ਸਹੀ ਆ ਜੀ ਤਾਂ ਕੁਝ ਸਵਾਲ ਮਿਲ ਕੇ ਮੇਰੇ ਵੀ ਗਲਤ ਹੋ ਸਕਦੇ ਆ ਜੀ ਜਾਂ ਮਿਲ ਕੀ ਡਿਪਾਰਟਮੈਂਟ ਨਾਲ ਕੋਈ ਸਹੀ ਹੋ ਸਕਦੇ ਆ ਜੀ ਬਾਕੀ 95% ਮਿਲ ਕੇ ਜਿਹੜੇ ਸਵਾਲ ਆ ਜੀ ਉਹ ਸਹੀ ਆ ਠੀਕ ਆ ਜੀ ਤੇ ਵੈਸੇ ਮੈਂ ਇਹਦਾ ਸੈੱਟ ਵੀ ਮਿਲ ਕੇ ਆਨਸਰ ਕੀ ਬਣਾਈ ਹੋਈ ਆ ਕੁਐਸਚਨ ਦੇ ਵਾਈਜ਼ ਤੇ ਥੱਲੇ ਮਿਲ ਕੀ ਪ੍ਰਸ਼ਨ ਆ ਜੀ ਉੱਤੇ ਮਿਲ ਕੀ ਇਹਨਾਂ ਦੇ ਆਨਸਰ ਕਿਹੜੇ ਕਿਹੜੇ ਸਹੀ ਉਹ ਵੀ ਲਿਖੇ ਹੋਏ ਆ ਮੈਂ ਪੀਡੀਫ ਟੈਲੀਗ੍ਰਾਮ ਗਰੁੱਪ ਤੇ ਪਾ ਦਾਂਗਾ ਟੈਲੀਗ੍ਰਾਮ ਦਾ ਲਿੰਕ ਇਸ ਵੀਡੀਓ ਦੇ ਬਾਰੇ ਚਾ ਜੀ ਤੇ ਉਹਦਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜੇ ਤੁਸੀਂ ਮਿਲ ਕੀ ਤੁਹਾਨੂੰ ਕੋਈ ਵੀ ਕੋਡ ਆਇਆ ਜੀ ਤੁਸੀਂ ਉਹਦਾ ਵੀ ਦੇਖ ਸਕਦੇ ਹੋ ਵੈਸੇ ਮਿਲ ਕੀ ਜਿਹੜਾ ਮੇਰੇ ਤੋਂ ਕੋਡ ਆ ਜੀ ਉਹ ਹੈਗਾ ਵਾ 20 ਸੈਟ ਆ ਜੀ ਤੇ ਤੁਹਾਡਾ ਜਿਹੜਾ ਵੀ ਸੈਟ ਆ ਜੀ ਤੁਸੀਂ ਕੁਐਸਚਨ ਦੇ ਅਕੋਰਡਿੰਗ ਦੇਖ ਸਕਦੇ ਹੋ ਜੀ ਤੇ ਪਹਿਲਾਂ ਆਪਾਂ ਸਟਾਰਟ ਕਰਦੇ ਆ ਜੀ 51 ਸਵਾਲ ਹੈਗਾ ਜਿਹੜਾ 51 ਸਵਾਲ ਆ ਜੀ ਉਹਦੇ ਵਿੱਚ ਪਛੇ ਕੰਪਿਊਟਰ ਦੇ ਡ ਸੰਭਾਲ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਆ ਜੀ অপਸ਼ਨ ਨੰਬਰ ਡੀ ਟੈਰਾਬਾਈਟ ਅੱਗੇ ਆ ਜੀ 52 ਦਾ ਆਨਸਰ ਕਾ ਜੀ ਹਾਲ ਹੀ ਕਿਸ ਨੂੰ ਕੌਮੀ ਪਾਰਟੀ ਦਾ ਵਜੋਂ ਸਿਆਸੀ ਮਨੁੱਖੀ ਮਾਤਾ ਮਿਲੀ ਆ ਜੀ অপਸ਼ਨ ਨੰਬਰ ਡੀ ਆਮ ਆਦਮੀ ਪਾਰਟੀ ਅੱਗੇ ਪੁੱਛਿਆ ਜੀ 53 ਸਵਾਲ ਲੋਕ ਸਭਾ ਦਾ ਸਪੀਕਰ ਸਦਨ ਦੇ ਕਿਸੇ ਮੈਂਬਰ ਨੂੰ ਬੋਲਣ ਤੋਂ ਰੋਕ ਸਕਦਾ ਹੈ ਕਿਸੇ ਹੋਰ ਮੈਂਬਰ ਦੇ ਬੋਲਣ ਮਨੁੱਖੀ ਹੋਰ ਬੋਲਣ ਨੂੰ ਕਹਿ ਸਕਦਾ ਜੀ ਤੋਂ ਉਹਨੂੰ ਕੀ ਕਿਹਾ ਜਾਂਦਾ ਜੀ অপਸ਼ਨ ਬੀ ਈਲਡਿੰਗ ਦੀ ਫਲੋਰ ਅੱਗੇ ਆ ਜੀ 1454 ਸਵਾਲ ਜਦੋਂ ਸੰਸਦ ਸੰਸਦ ਸਦਨ ਦੇ ਸਦਨ ਦੀ ਮੂਹ ਸੰਮੇਲਨ ਨੂੰ ਅਗਲੀ ਮਿਲਣੀ ਤਰੀਕ ਬਿਨਾ ਤੇ ਤੇ ਮਿਲਕੀ ਮੁਲਤਵੀ ਕਰ ਦਿੱਤਾ ਜਾਂਦਾ ਜੀ ਉਹਨੂੰ ਕੀ ਕਹਿਆ ਜਾਂਦਾ ਜੀ ਆਪਸ਼ਨ ਨੰਬਰ ਡੀ ਐਡਜਨਮੈਂਟ ਸਾਈਨਡ ਆਈ ਠੀਕ ਹੈ ਜੀ ਤੁਸੀਂ ਆਪਸ਼ਨ ਦੇ ਅਕੋਰਡਿੰਗ ਦੇ ਸਕਦੇ ਹੋ ਜੀ ਅੱਗੇ ਪੁੱਛ 55 ਸਵਾਲ ਹੈ ਜੀ ਕਿਹੜੇ ਖਿਡਾਰੀ ਨੇ ਲਾਂ ਲਾਂ ਟਾਈਨਸ ਮਿਲਕੀ ਗੇਮ ਜਿੱਤੀ ਹੈਗੀ ਆ ਉਹਦੇ ਸਿੰਗਲ ਇਕੱਲੇ ਮਿਲਕੀ 골ਡਨ ਸਲੈਮ ਜਿੱਤਿਆ ਜੀ ਉਹ ਖਿਡਾਰੀ ਦਾ ਨਾਮ ਹੈਗਾ ਜੀ ਆਪਸ਼ਨ ਨੰਬਰ ਸੀ ਸਟੈਫੀ ਗਰਾਫ ਅੱਗੇ ਆ ਜੀ ਅਗਲਾ ਸਵਾਲ ਹੈਗਾ ਜੀ ਉਹ ਚ ਜੀਵ ਅਗਿਆਨਿਕ ਆਕਸੀਜਨ ਮੰਗ ਦਰਸਾਉਂਦੀ ਹੈ ਉਹ ਆ ਜੀ ਆਪਸ਼ਨ ਨੰਬਰ ਡੀ ਤੇ ਅੱਗੇ ਆ ਜੀ ਨਿਮਨ ਲਿਖੇ ਵਿੱਚ ਪੁੱਛਦੇ ਕਿ ਕਿਹੜਾ ਹੈਗਾ ਵਾ ਜੀ ਮਿਸ਼ਰਤ ਆਰਥਿਕਤਾ ਹੈ ਜੀ ਸਰਕਾਰੀ ਤੇ ਦੇਸੀ ਨਿੱਜੀ ਖੇਤਰ ਦੋਵੇਂ ਸ਼ਾਮਲ ਹੁੰਦੇ ਆ ਜੀ ਆਪਸ਼ਨ ਨੰਬਰ ਬੀ ਠੀਕ ਆ ਜੀ ਅੱਗੇ ਆਪਾਂ ਗੱਲ ਕਰਦੇ ਆ ਜੀ ਅਗਲੇ ਸਵਾਲ ਬਾਰੇ ਵੋ ਜੀ ਪਿੰਗਲੀ ਵੈਕਿਆ ਨਿਮਨ ਵਿੱਚੋਂ ਕਿਸ ਨਾਲ ਸੰਬੰਧਿਤ ਹੈ ਜੀ অপਸ਼ਨ ਨੰਬਰ ਡੀ ਔਰ ਬੀ ਭਾਰਤੀ ਕੌਮੀ ਝਡੇ ਨਾਲ ਅਗਲਾ ਜੀ ਮਾਉਂਟ ਜਿਹੜਾ ਬੈਟਰਨ ਪਲਾਨ ਹੈ ਜੂਨ 147 ਦੁਆਰਾ ਉਹ ਕਿੰਨਾ ਹੈਗਾ ਜੀ ਜਨਮ ਦਿਨ ਦਾ ਜੀ ਤਾਂ ਇਹਦਾ ਕੋਈ অপਸ਼ਨ ਨੰਬਰ ਸੀ ਬੋਲਦਾ ਜੀ ਠੀਕ ਆ ਕੋਈ ਬੀ ਬੋਲਦਾ ਵਾ ਤਾਂ ਇਹਨਾਂ ਨੂੰ ਤੁਸੀਂ ਬੀ ਤੇ ਸੀ ਦੋਨੋਂ ਮੰਨ ਲੈਣੇ ਆ ਜੀ ਤੇ ਇਹ ਦੋਨੋਂ ਦੇ ਵਿੱਚੋਂ ਹੀ ਆਨਸਰ ਹੋਗਾ ਇੱਕ ਅਗਿਆ ਜੀ ਅਗਲਾ ਸਵਾਲ ਹੈਗਾ ਜੀ ਗੋਪੁਰ ਪੁਲਿਸ ਸਟੇਸ਼ਨ ਦੇ ਕਮਿਸ਼ਨਰ ਨੂੰ ਲਹਰੌਂ ਸਮੇਂ ਕਿਸਨੂੰ ਗੋਲੀ ਮਾਰ ਦਿੱਤੀ ਗਈ ਜੀ অপਸ਼ਨ ਨੰਬਰ ਬੀ ਕਾਨਕਲਤਾ ਬਰੂਗਾ ਠੀਕ ਹੈ ਜੀ ਗੱਡੀਆਂ ਦੇ ਧੂੰਏ ਵਿੱਚ ਮਿਲ ਗਿਆ ਕਿਹੜਾ ਪ੍ਰਮੁੱਖ ਪ੍ਰਦੂਸ਼ਕ ਹੁੰਦਾ ਜੀ ਸੀ2 CO অপਸ਼ਨ ਨੰਬਰ ਬੀ ਅਗਲੇ ਪੁੱਛਿਆ ਜੀ ਪੰਜਾਬ ਅਤੇ ਪੈਪਸ ਨੂੰ ਕਿਸ ਸਾਲ ਸਾਲ ਵਿੱਚ ਮਿਲਾਇਆ ਗਿਆ ਜੀ অপਸ਼ਨ ਨੰਬਰ ਸੀ 1952 ਦੇ ਅੰਦਰ ਠੀਕ ਹੈ ਜੀ ਅਗਲਾ ਜੀ ਅਗਲਾ ਜੀ ਪੰਜਾਬ 15% ਸਧਾਰਨ ਵਿਆਦੀ ਦਰ ਤੇ ਕਿਹੜੀ ਰਾਸ਼ੀ ਮਿਲਗੀ 3 ਸਾਲਾਂ ਵੇਲੇ 58500 ਦੀ ਹੈ অপਸ਼ਨ ਨੰਬਰ ਸੀ ਹੈ ਜੀ ਚਾਰਜਰ ਅੱਗੇ ਆ ਜੀ ਆਰਾਮ ਤੇ ਮਾਨਸੀ ਵਾਲਾ ਜਿਹੜਾ ਹੈਗਾ ਜੀ 360 ਤੇ 90000 ਵਾਲਾ ਕੁਸ਼ਨ ਆ ਜੀ ਉਹਦਾ ਆਨਸਰ ਹੈਗਾ ਜੀ অপਸ਼ਨ ਨੰਬਰ ਏ 3500 ਠੀਕ ਆ ਜੀ ਅੱਗੇ ਆ ਜੀ ਇੱਕ ਵਪਾਰੀ ਕਾਫੀ 155 ਰੁਪਏ ਜੀ ਖਰੀਦਦਾ ਜੀ ਤੇ 200 ਜੀ ਵੇਚਦਾ ਜੀ ਉਹਨੂੰ ਕਿੰਨਾ ਪ੍ਰਤੀ ਲਾਭ ਹੁੰਦਾ ਜੀ 65 ਦਾ ਹੈ ਜੀ অপਸ਼ਨ ਪਰ ਬੀ 60% ਅਗਿਆ ਜੀ ਅੰਮ੍ਰਿਤਸਰ ਵਿਖੇ ਦੁਰਗਿਆਣਾ ਦਾ ਜਿਹੜਾ ਮੰਦਰਾਯੂ ਦਾ ਨੀ ਪੱਥਰ ਕਿੰਨੇ ਰੱਖਿਆ ਸੀ ਆਪਸ਼ਨ ਨੰਬਰ ਏ ਮਦਨ ਮੋਹਨ ਮਾਲਵੀਆ ਅਗਿਆ ਜੀ 2655 ਦੇ ਕਿਸੇ ਖਾਸ ਅੰਕ ਦਾ ਮਿਲਗੀ 36% ਦਾ ਉਹਦਾ ਜਿਹੜਾ 54% ਕੀ ਆ ਜੀ ਆਪਸ਼ਨ ਨੰਬਰ ਬੀ 1134 ਅਗਿਆ ਜੀ 101 ਬਸਤੇ ਵਿੱਚ ਦੱਸਿਆ ਕਿ 1 2 3 5 ਰੁਪਏ ਦੇ ਸਿੱਕੇ ਆ ਜੀ ਤੇ ਉਹਨਾਂ ਬਾਰੇ ਪੁੱਛਿਆ ਕਿ ਕੁੱਲ ਸਿੱਕੇ ਕਿੰਨੇ ਆ ਜੀ ਤੇ ਆਪਸ਼ਨ ਨੰਬਰ ਆ ਜੀ ਸੀ 252 ਅੱਗੇ ਦੋ ਵੈਲਿਊ ਦਿੱਤੀ ਗਈ 9 ਦੇ ਅਨੁਪਾਤ 7 ਦੇ ਉਹਦੇ ਪੁੱਛਿਆ ਗਿਆ ਹੁਣ ਜਿਹੜਾ ਹੈਗਾ ਉਹ ਕਿਹੜੇ ਹੈਗੇ ਆ ਜੀ ਤਦੂਲ ਅੰਗ ਕਿਹੜੇ ਆ ਜੀ ਤਾਂ ਆਪਸ਼ਨ ਨੰਬਰ ਸੀ ਆ ਜੀ 63 ਅਤੇ 93 ਅੱਗੇ ਆ ਜੀ 16000 ਰੁਪਏ ਮਿਲਗੀ 20% ਸਾਲਾਨਾ ਵਿਆਜ ਦੇ ਦਰ ਤੇ ਦਿੱਤੇ ਜਾਂਦੇ ਆ 3 ਮਹੀਨੇ ਬਾਅਦ ਉਹਨਾਂ ਕਿੰਨੀ ਮਿਲਗੀ ਉਹਨਾਂ ਨੇ ਜੀ ਜੋੜਿਆ ਜਾਂਦਾ ਜੀ ਠੀਕ ਆ ਤਾਂ 9 ਮਹੀਨੇ ਦਾ ਮਿਸ਼ਰਤ ਵਿਆਜ ਕਿਹੜਾ ਆ ਜੀ ਆਪਸ਼ਨ ਨੰਬਰ ਹੈਗਾ ਜੀ ਇਹਦਾ 70 ਦਾ ਬੀ 522 ਅੱਗੇ ਆ ਜੀ ਸੁਸ਼ੀਲਾ ਆਪਣੀ ਤਨਖਾਹ ਦਾ ਕਹਿੰਦੇ 60% ਆਪਣੀ ਭਲਾਈ ਧਾਨ ਵਿੱਚ ਕਰਦਾ ਵਾ ਜੀ ਤੇ ਇਹਦੇ ਨਾਲ ਹੈਗਾ ਧਾਨ ਵਾਲਾ ਹੈਗਾ ਵਾ ਜੀ ਉਹਦੀ ਪੁੱਛੀ ਅੜੀ ਤਨਖਾਹ ਪੁੱਛੀ ਆ ਜੀ ਸੁਸ਼ੀਲਾ ਵਾਲਾ ਸਵਾਲ ਜਿਹੜਾ ਤੁਹਾਡਾ ਤੇ ਉਹਦਾ ਅਨਸਰ ਹੈਗਾ ਜੀ ਸੀ 31600 ਰੁਪਏ ਅੱਗੇ ਆ ਜੀ 72ਵਾਂ ਸਵਾਲਾ ਜੀ 16 ਵਸਤਾਂ ਦਾ ਕਹਿੰਦੇ ਕਿ ਕੀਮਤ 95 ਆ ਜੀ ਤੇ 4 ਵਸਤਾਂ ਦੀ 60 ਆ ਜੀ ਇਹਦਾ ਆਪਸ਼ਨ ਨੰਬਰ ਕੀ ਆ ਜੀ ਇਹਦਾ ਸਟਾਉਟ ਅਨਸਰ ਆ ਜੀ ਇਹਦਾ ਨਾਟ ਹੈਗਾ ਜੀ 16 ਮਾਸਾ ਦੀ ਔਸਤਨ ਕੀਮਤ ਹੈਗੀ ਆ ਜੀ 95 ਕਹਿੰਦੇ ਚਾਰ ਜਿਹੜੀ ਉਹਨਾਂ ਦੀ ਔਸਤਨ 60 ਆ ਜੀ ਤੇ ਤਿੰਨ ਹੋਰ ਆ 39 9 ਦੇ 40 ਤੇ ਉਹਨਾਂ ਦੀ ਨਵੀਂ ਔਸਤ ਪੁੱਛੀ ਆ ਉਹ ਸਵਾਲ ਜਿਹੜਾ ਅੱਗੇ ਆ ਜੀ ਇੱਕ ਸਵਾਲ ਹੈ 73ਵਾਂ ਸਵਾਲ ਹੈਗਾ ਜੀ ਇੱਕ ਜੇਕਰ 12 ਆਦਮੀ ਜਾਂ 20 ਔਰਤਾਂ ਨੂੰ 54 ਦਿਨਾਂ ਕੰਮ ਕਰਦੀਆਂ ਨੇ 9 ਆਦਮੀ ਤੇ 12 ਜਿਹੜੇ ਹੈਗੇ ਆ ਜੀ ਉਹ ਤਾਂ ਇਕੱਠੇ ਕੰਮ ਕਿੰਨੂ ਕਰਨਗੇ ਜੀ ਤੇ ਉਹਦਾ ਆਨਸਰ ਹੈਗਾ ਜੀ 73 ਦਾ ਸੀ 40 ਤੇ ਉਧਰ ਉੱਪਰ ਲੈਦਾ ਹੈਗਾ ਜੀ ਇਹ ਦਾ 25 ਪਾਈ ਆ ਰਿਹਾ ਜੀ ਅੱਗੇ ਪੁੱਛ ਰਿਹਾ ਜੀ ਜਿਹੜਾ ਸਭ ਤੋਂ ਛੋਟਾ ਅੰਕਾ ਜਿਸ ਨੂੰ ਘਟਾਉਣ ਤੇ ਮਨ ਲੀ 696 ਜੇ ਘਟਾਉਣ ਤੇ ਸੰਪੂਰਨ ਵਰਗੜ ਬਣਦਾ ਜੀ ਉਹਦਾ ਆਪਸ਼ਨ ਨੰਬਰ ਕਿਹੜਾ ਡੀ ਵੀ ਅਗਲਾ ਪੁੱਛਿਆ ਸਭ ਤੋਂ ਵੱਡਾ ਅੰਕ ਕਿਹੜਾ ਜਿਹੜਾ 83 125 ਤੇ 209 ਨੂੰ ਮਨ ਲੀ ਭਾਗ ਕਰਨ ਤੇ ਇੱਕੋ ਜਿਹਾ ਮਨ ਕੀ ਉਹਨਾਂ ਦੇ ਵਿੱਚ ਮਨ ਲੀ ਬਚਦਾ ਜਿਹੜੇ ਵੈਲਿਊ ਬਚਦੀ ਆ ਜੀ ਉਹ ਆ ਜੀ ਆਪਸ਼ਨ ਨੰਬਰ ਸੀ 42 ਅਗਲਾ ਪੁੱਛਿਆ ਕਿ ਕੋਣ ਨੂੰ ਆਪਾਂ ਡੀ ਪੀ ਈ ਐਫ ਕਹਿੰਦੇ ਆ ਤੇ ਪਾਵਰ ਨੂੰ ਕੀ ਕਹਾਂਗੇ ਜੀ ਉਹਦਾ ਆਪਸ਼ਨ ਨੰਬਰ ਹੈਗਾ ਜੀ ਸੀ ਠੀਕ ਆ ਜੀ ਉਹ ਇੱਕ ਇੱਕ ਕਰਦੇ ਵਧਦੇ ਪਏ ਆ ਜੀ ਤੇ ਅੱਗੇ ਆ ਜੀ ਪੁੱਛਾਂਗੇ ਇੱਕ ਬੰਦਾ ਕਿਲੋਮੀਟਰ ਦੱਖਣ ਵਿੱਚ 5 ਕਿਲੋਮੀਟਰ ਤੇ ਚੱਲਦਾ ਵਾ ਸੱਜੇ ਪਾਸੇ ਚੱਲਦਾ ਵਾ ਉਹਦੀ ਸ਼ੁਰੂਆਤੀ ਪੁੱਛਿਆ ਕਿ ਕਿਸ ਦਿਸ਼ਾ ਵਿੱਚ ਆ ਜੀ ਆਪਸ਼ਨ ਨੰਬਰ ਏ ਦੱਖਣ ਪੱਛਮ ਤੇ ਅਗਲਾ ਪੁੱਛਿਆ ਕਿ 1 ਮੀਟਰ ਲੰਬੇ ਪਾਸੇ ਵਾਲੇ ਘਣਮਰ ਕੀ 100 ਸੈਂਟੀਮੀਟਰ ਲੰਬੇ ਪਾਸੇ ਵਾਲੇ ਮਕੀ ਕੱਟਿਆ ਜਾਂਦਾ ਜੀ ਤੇ ਕਿੰਨੇ ਘਣ ਬਣ ਕੇ ਜੀ ਆਪਸ਼ਨ ਨੰਬਰ ਬੀ 1000 ਪੂਰੇ ਅੱਗੇ ਆ ਜੀ ਦਿੱਤੀ ਸੀਰੀਜ਼ ਆ ਜੀ ਮਿਲਕੀ ਉਹਨਾਂ ਦਾ ਵਰਗ ਹੋਇਆ ਜੀ 5000 7000 9000 ਦਾ 11 ਦਾ ਕਿ 13 15 15 ਦਾ ਵਰਗਾ ਇਹਨਾਂ ਦੀ ਉਹ ਆਪਸ਼ਨ ਨੰਬਰ ਬੀ ਆ ਜੀ ਅਗਲਾ ਪੁੱਛਿਆ ਕਿ ਇਹਨਾਂ ਵਿੱਚ ਵੱਖਰਾ ਕਿਹੜਾ ਆ ਜੀ ਉਹ ਆ ਜੀ 124 ਅੱਗੇ ਆ ਦੇ ਕਿ ਕਿਹੜੀ ਮਿਲਕੀ ਸਥਾਨ ਬਦਲੀ ਮਿਲਕੀ ਆਪਾਂ ਉਹਨਾਂ ਚਿੰਨ ਬਦਲੀ ਹੈ ਕਿ ਆਪਣੇ ਜਿਹੜੇ ਦੋ ਮਿਲਕੀ ਵੈਲਿਊ ਬਚੇ ਤਾਂ ਆਪਸ਼ਨ ਨੰਬਰ ਤਕਸੀਮ ਐਂਡ ਘਟਾਓ ਅੱਗੇ ਆ ਜੀ ਉਹਨਾਂ ਪੁੱਛਿਆ ਕਿ 84 84 ਤੋਂ ਮਨ ਕੇ ਆ ਚਾਰ ਬਣੇ ਦੋ ਗੁਣਾ ਆਵਾ ਤੇ 48 ਦੋ ਗੁਣਾ ਬਣਨਾ 56 ਆਪਸ਼ਨ ਨੰਬਰ ਡੀ ਅਗਲਾ ਪੁੱਛਿਆ ਕਿ ਉਹਨਾਂ ਨੇ ਮਨ ਕੇ ਕਿ ਸਾਈਨ ਬਦਲੇ ਦਾ ਉਹਨਾਂ ਕਿਹਦਾ ਕੀ ਬਜੂਗਾ ਜੀ ਆਪਸ਼ਨ ਨੰਬਰ 50 ਆਊਗਾ ਜੀ ਅੱਗੇ ਆ ਜੀ ਉਹਨਾਂ ਨੇ ਰਿਲੇਸ਼ਨ ਪੁੱਛਿਆ ਜੀ ਆਪਸ਼ਨ ਨੰਬਰ 88 ਦਾ ਜੀ ਪਿਤਾ ਉਹਨਾਂ ਜੀ ਇਹਦਾ ਅਨਸਰ ਅੱਗੇ ਇੰਗਲਿਸ਼ ਦਾ ਜੀ ਮੈਂ ਤੁਹਾਨੂੰ ਉਹਦੇ ਅਨਸਰ ਹੀ ਸਿੱਧੇ ਦੱਸਾਂਗਾ ਕਿ ਇਹਦਾ ਅਨਸਰ ਕੀ ਕੀ ਆ ਰਿਹਾ ਜੀ ਠੀਕ ਆ ਜੀ ਇਹ ਜਿਹੜਾ 89 ਆ ਜੀ ਪਹਿਲਾ ਸਵਾਲ ਆ ਬਣ ਤੇ ਉਹਦਾ ਆ ਜਨਾ ਜੀ ਆਪਣਾ ਟਰੈਵਲਿੰਗ ਆ ਟਰੈਵਲਿੰਗ ਅੱਗੇ ਆ ਜੀ ਐਡਜੈਕਟਿਵ ਪੁੱਛਿਆ ਜੀ ਉਹਦਾ ਆਪਸ਼ਨ ਨੰਬਰ ਏ ਆ ਜਨਾ ਜੀ ਜੇ ਅੱਗੇ ਐਡਵਰ ਪੁੱਛਿਆ ਜੀ ਉਹਦਾ ਆਪਸ਼ਨ ਨੰਬਰ ਬੀ ਅੱਗੇ ਆ ਜੀ ਸਿਨੋਨੀਮ ਪੁੱਛਿਆ ਗਿਆ ਜੀ ਉਹਦਾ ਆ ਜਨਾ ਜੀ ਆਪਸ਼ਨ ਨੰਬਰ ਡੀ ਅੱਗੇ ਐਂਟੋਨੀਮ ਪੁੱਛਿਆ ਗਿਆ ਜੀ ਉਹਦਾ ਆਪਸ਼ਨ ਨੰਬਰ ਬੀ ਆ ਜਨਾ ਸਟ੍ਰੇਟ ਅਗਰ ਆਪਣਾ ਫੇਰ ਪੁੱਛਿਆ ਕਿ ਰਾਈਟ ਟਰਮ ਕਿਹੜੀ-ਕਿਹੜੀ ਹੈ ਜੀ ਆਪਸ਼ਨ ਨੰਬਰ ਏ ਉਸ ਤੋਂ ਬਾਅਦ 95 ਦਾ ਸਵਾਲ ਪੁੱਛਿਆ ਗਿਆ ਜੀ ਤੇ 95 ਦਾ ਜੀ ਆਪਸ਼ਨ ਨੰਬਰ ਸੀ ਫਾਲਲਿੰਗ ਇਟ ਟ੍ਰੈਂਡ ਅੱਗੇ ਜੀ ਪੁੱਛਿਆ ਗਿਆ ਜੀ ਕਿ ਕਿਹੜਾ ਆਰਟੀਕਲ ਹੈਗਾ ਜੀ ਆਪਸ਼ਨ ਨੰਬਰ ਸੀ ਇਹ ਵੀ ਅੱਗੇ ਆ ਜੀ ਉਹ ਹੁੰਦਾ ਕਿ ਹੀ ਜੰਪਡ ਇਨਟੂ ਦੀ ਰਿਵਰ ਠੀਕ ਹੈ ਜੀ ਸੀ ਆਪਸ਼ਨ ਅੱਗੇ ਆ ਜੀ 98 ਦਾ ਅਨਸਰ ਪੁੱਛਿਆ ਗਿਆ ਜੀ ਤੇ ਐਕਟਿਵ ਦੱਸਿਆ ਪੈਸਿਵ ਹੁੰਦਾ ਕਿ ਕਿਹੜਾ ਇਹਦੇ ਵਿੱਚ ਆਊਗਾ ਜੀ ਤਾਂ 98 ਦਾ ਅਨਸਰ ਆ ਜਣਾ ਜੀ ਆਪਣਾ ਸੀ ਅੱਗੇ ਆ ਜੀ 99 ਦਾ ਆਪਸ਼ਨ ਨੰਬਰ ਆ ਜਣਾ ਜੀ ਆਪਣਾ ਡੀ she was ਅੱਗੇ ਆ ਜੀ ਆਪਣਾ ਸਵਾਲ ਹੈਗਾ ਜੀ ਸਬਜੈਕਟ ਕੋਈ ਚੂਜ਼ ਕਰਨਾ ਹੁੰਦਾ ਸ਼ੀ ਆਪਸ਼ਨ ਨੰਬਰ ਬੀ ਅੱਗੇ ਆ ਜੀ ਪੰਜਾਬੀ ਆ ਗਿਆ ਜੀ ਮਸਕਰਾੜ ਦਾ ਖੇਤਰ ਕਿਹੜਾ ਜੀ ਤੇ ਉਹਦਾ ਜਿਹੜੀ ਆਪਸ਼ਨ ਨੰਬਰ ਏ ਇੱਕ ਇਹ ਆਹਟ ਅੱਗੇ ਆ ਜੀ ਆਪਸ਼ਨ ਜਿਹੜਾ 102 ਹੈ ਸ਼ਾਹ ਸਵਾਰ ਹੈਗਾ ਜੀ ਉਹਦਾ ਵੀ ਏ ਅੱਗੇ ਆ ਜੀ 27 ਦਾ ਹੈਗਾ ਜੀ ਆਪਸ਼ਨ ਨੰਬਰ ਡੀ ਅੱਗੇ ਆ ਜੀ ਜਿਹੜੇ ਵਾਗ ਵਿੱਚ ਕਰਤਾ ਹੈਗੇ ਉਸ ਦੀ ਵਿਸ਼ੇਸ਼ਤਾ ਦੱਸੇ ਉਹਦਾ ਆਪਸ਼ਨ ਨੰਬਰ ਹੈ ਸੀ ਅੱਗੇ ਡੈਸ਼ ਨੇ ਨਖਾ ਦਾ ਖਣ ਆਪਸ਼ਨ ਨੰਬਰ ਬੀ ਕੀ ਮੂਨੇ ਕੀ ਖਾਣਾ ਤੇ ਅੱਗ ਦੇ ਭਾਉਣਾ ਜੀ ਬਹੁਤ ਮਹਿੰਗਾ ਨਾਲ ਆਪਸ਼ਨ ਨੰਬਰ ਸੀ ਕੰਗਾਲ ਦਾ ਹੈਗਾ ਜੀ ਆਪਸ਼ਨ ਨੰਬਰ ਏ ਈਡੀ ਨਾਮਣ ਕੀ ਕਿਹੜੇ ਕਰਨ ਕੇ ਲਗਾ ਲੱਗਦੀਆਂ ਜੀ ਆਪਸ਼ਨ ਨੰਬਰ ਡੀ ਅੱਗੇ ਆ ਜੀ ਕਿਹੜਾ ਸ਼ਬਦ ਜਿਹੜੀ ਪਲੇਂਗਾ ਤੇ ਇਸਤਰੀਂਗ ਦੋਹਾਂ ਲਈ ਵਰਤਿਆ ਜਾਂਦਾ ਜੀ ਤਾਂ ਇਹਦਾ ਆਪਸ਼ਨ ਨੰਬਰ ਕੋਈ ਬੀ ਵੀ ਕਹਿ ਰਿਹਾ ਜੀ ਕੋਈ ਸੀ ਵੀ ਕਹਿ ਰਿਹਾ ਵੈਸੇ ਬੀ ਜਿਹੜਾ ਸੀ ਜ਼ਿਆਦਾ ਉਹ ਜ਼ਿਆਦਾ ਵਰਤਿਆ ਜਾਂਦਾ ਜੀ ਅੱਗੇ ਆ ਜੀ ਜਿਹੜਾ ਕਿਸੇ ਦੀ ਨੇਕੀ ਨਾ ਜਾਣੇ ਜੀ ਆਪਸ਼ਨ ਨੰਬਰ ਸੀ ਅਕ੍ਰਿਤ ਕਰਨ ਅੱਗੇ ਆ ਜੀ ਜਦੋਂ ਕਿਸੇ ਅੱਖਰ ਦਾ ਦੁਹਰਾਉ ਉਚਾਰਨ ਹੋਵੇ ਤਾਂ ਉਸਦੀ ਵਰਤੋਂ ਕੀਤੀ ਜਾਂਦੀ ਹੈ ਜੀ অপਸ਼ਨ ਬਡੀ ਪੈਰ ਵਿੱਚ ਅੱਖਰ ਦੀ ਬਾਕੀ ਇਹਦੇ ਵਿੱਚ ਡਾਊਟ ਆ ਜੀ 111 ਦਾ ਜਿਹੜੇ ਡਾਊਟ ਆ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਜੀ ਅਗੇ ਇੰਡੋਸਮੈਂਟ ਜਿਹੜਾ ਇਹ ਉਹਦਾ ਦੀ ਪਿੰਠ ਅੰਕਣ ਅਗੇ ਸ਼ੁੱਧ ਕਿਹੜਾ ਜੀ ਟੈਲਣਾ ਅਗਲਾ ਆਪਣਾ ਕੰਪਿਊਟਰ ਆ ਜਾਂਦਾ ਜੀ ਉਹਦੇ ਵਿੱਚ ਆਈਪੀ ਦੀ ਨਾ ਫੁੱਲ ਫਾਰਮ ਪੁੱਛੀ ਆ ਜੀ ਉਹਦੀ ਇੰਟਰਨੈਟ ਪ੍ਰੋਟੋਕਾਲ ਤੇ ਅੱਗੇ ਆ ਜੀ ਪੁੱਛਿਆ ਕਿ ኦਪਰੇਟਿੰਗ ਸਿਸਟਮ ਕਿਹੜਾ ਨਹੀਂ ਹੈਗਾ ਜੀ অপਸ਼ਨ ਨੰਬਰ ਸੀ ਮਾਈਕਰੋਸਾਫਟ ਐਕਸੈਸ ਅੱਗੇ ਆ ਜੀ ਡਿਜੀਟਲ ਸੂਚਨਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਆ ਜੀ ਬਿਟ ਅੱਗੇ ਆ ਜੀ ਜਿਹੜਾ ਆਪਣਾ ਸਮਾਨਾਰਥੀ ਸ਼ਬਦ ਦੱਸਦੇ ਆ ਜੀ ਉਹ ਹੈਗਾ ਜੀ ਆਪਸ਼ਨ ਨੰਬਰ ਏ ਅੱਗੇ ਆ ਜੀ ਇਹ ਉਹਨਾਂ ਸ਼ਾਰਟਕੱਟ ਕੀ ਪੁੱਛਿਆ ਕਿ ਜਿਹੜਾ ਵਾ ਲਾਸਟ ਐਕਸ਼ਨ ਜਿਹੜਾ ਆਪਾਂ ਲਿਆਉਣਾ ਜੀ ਵਾਪਸ ਲਾਸਟ ਐਕਸ਼ਨ ਨੂੰ ਅਨਡੂ ਲਈ ਕਿਹੜਾ ਬਤਿਆ ਜਾਂਦਾ ਜੀ ਆਪਸ਼ਨ ਨੰਬਰ ਡੀ ਜੀ ਕੰਟਰੋਲ ਪਲੱਸ ਜ਼ेड ਅੱਗੇ ਆ ਜੀ ਇਹਨਾਂ ਵਿੱਚੋਂ ਕਿਹੜਾ ਨੈੱਟ ਬ੍ਰਾਊਜ਼ਰ ਨਹੀਂ ਆ ਜੀ ਆਪਸ਼ਨ ਨੰਬਰ ਟੀ ਟੈਲਨੈਟ ਅੱਗੇ ਆ ਜੀ ਐਕਸਲ ਵਿੱਚ ਐਬਸੋਲਿਊਟ ਐਡਰੈਸ 셀 ਰੈਫਰੈਂਸ ਨੂੰ ਦਸਾਉਣ ਲਈ ਕੀ ਬਤਿਆ ਜਾਂਦਾ ਜੀ ਡਾਲਰ ਦਾ ਨਿਸ਼ਾਨ ਅੱਗੇ ਪੁੱਛਿਆ ਕਿ ਕਿਹੜੀ ਸਟੋਰੀ ਐਡਵਾਈਸ ਨੇ ਕਿ ਇਹ ਆਪਸ਼ਨ ਨੰਬਰ ਏ ਸ਼ੇਅਰ ਥੋ ਸੈਗਮੈਂਟ ਡਰਾਈਵ ਠੀਕ ਹੈ ਜੀ ਅਗਿਆ ਜੀ 122ਵਾਂ ਸਵਾਲ ਹੈਗਾ ਜੀ ਪੰਜਾਬ ਡਰੈਕ ਵਿੱਚ ਕਿਸ ਤਰ੍ਹਾਂ ਦਸਾਇਆ ਜਾਂਦੀ ਹੈ ਆਪਸ਼ਨ ਇਹ ਸਭ ਤੋਂ ਸਭ ਸਿੱਧੂ ਡੀ ਰਿਕਾਰਡਿੰਗ ਨੂੰ ਤੁਹਾਨੂੰ ਪਤਾ ਹੀ ਦਰਸਾਇਆ ਜਾਂਦਾ ਸੀ ਜੀ ਤਕਸ਼ੀਲਾ ਕਿਸ ਲਈ ਜਾਣਿਆ ਜਾਂਦਾ ਜੀ ਆਪਸ਼ਨ ਏ ਸਿੱਖਣ ਲਈ ਪੂਰਨ ਭਗਤੀ ਦੀ ਮਾਤਾ ਨਾਮ ਕੀ ਸੀ ਜੀ ਆਪਸ਼ਨ ਬੀ ਇਸ਼ਰਾ ਅਗਿਆ ਜੀ ਗੁਰਨਾਣਕ ਦੇਵ ਜੀ ਨੇ ਜਬਜੀ ਸਾਹਿਬ ਦੀ ਰਚਨਾ ਕਿੱਥੇ ਕੀਤੀ ਜੀ ਆਪਸ਼ਨ ਨੰਬਰ ਏ ਤੇ ਡੀ ਦੇ ਵਿੱਚੋਂ ਆਊਗਾ ਜੀ ਇਹਦਾ ਆਨਸਰ ਵੈਸੇ ਤੁਸੀਂ ਏ ਤੇ ਡੀ ਦੇ ਵਿੱਚੋਂ ਮੰਨ ਸਕਦੇ ਹੋ ਅਗਿਆ ਜੀ ਸੁਲਾਕੁੱਲ ਕਿਸ ਕੌਣ ਨਾਲ ਸੰਬੰਧਿਤ ਹੈ 126 ਨੰਬਰ ਸਵਾਲ ਹੈਗਾ ਜੀ ਆਪਸ਼ਨ ਨੰਬਰ ਬੀ ਅਕਬਰ ਬੁੱਲੇ ਸ਼ਾਹ ਨੂੰ ਕਿਸ ਕਿਸ ਲਈ ਜਾਣਿਆ ਜਾਂਦਾ ਜੀ ਸੂਫੀ ਕਵਿਤਾ ਲਈ ਜਾਣਿਆ ਜਾਂਦਾ ਜੀ ਮਹਾਰਾਜ ਰਣਜੀਤ ਸਿੰਘ ਦਾ ਉੱਤਰ ਅਧਿਕਾਰੀ 128 ਨੰਬਰ ਸਵਾਲ ਹੈਗਾ ਜੀ ਆਪਸ਼ਨ ਨੰਬਰ ਸੀ ਅਗਿਆ ਪ੍ਰਸ਼ਾਸਨ ਦੇ ਬੋਰਡ ਔਰ 1959 ਵਿੱਚ ਉਹਨਾਂ ਕਿਹਨਾਂ ਕਿਨਾਂ ਨੂੰ ਮੁਖੀ ਮੁਖੀ ਕੌਣ ਸੀ ਜੀ ਹੈਨਰੀ ਲਾਰੈਂਸ ਆਪਸ਼ਨ ਨੰਬਰ ਬੀ ਅਗਿਆ ਜੀ 130 ਕਿਸੇ ਅੰਕ ਦੇ ਵਰਗਮੂਲ ਦੀ ਗਣਨਾ ਕਰਨ ਲਈ ਐਕਸ ਵਿੱਚ ਕਿਹੜਾ ਫੰਕਸ਼ਨ ਵਰਤਿਆ ਜਾਂਦੀ ਹੈ ਆਪਸ਼ਨ ਨੰਬਰ ਬੀ ਐਸ ਐਸ ਕਿਆਓਰਟੀ ਅਗਿਆ ਜੀ ਪੰਜਾਬ ਵਿੱਚ 1919 ਦੇ ਮਤਬੁੰਨ ਮਿਹੜੇ ਵਿਅਕਤੀ ਕਿਹੜੇ ਆ ਜੀ ਸਫੂਦੀਨ ਆਪਸ਼ਨ ਨੰਬਰ ਬੀ ਤਨੀ ਰਾਮਚੰਦ ਕਿਹੜੇ ਕਿੰਨਾ ਸੰਬੰਧਿਤ ਸੀ ਜੀ ਆਪਸ਼ਨ ਨੰਬਰ ਸੀ ਸਾਹਿਤਨਾ ਭਗਤ ਸਿੰਘ ਨੂੰ ਪਾਂਸੀ ਕਿਦੋਂ ਗਈ 1931 ਆਪਸ਼ਨ ਨੰਬਰ ਬੀ ਪੰਜਾਬ ਬਾਉਂਡਰੀ ਬਾਉਂਡਰੀ ਕਮਿਸ਼ਨ ਦਾ ਚੇਅਰਮੈਨ ਕੌਣ ਸੀ ਜੀ ਰੈਡਕਲਿਫ ਆਪਸ਼ਨ ਨੰਬਰ ਡੀ ਅਲਗੋਜਾ ਕੀ ਹੈ ਜੀ ਇੱਕ ਸੰਗੀਤ ਯੰਤਰ ਹੈ ਜੀ ਆਪਸ਼ਨ ਨੰਬਰ ਏ ਕਿਹੜਾ ਸ਼ਾਇਬ ਹੋ ਲਿਮਨ ਲੈਣਾ ਸੰਬੰਧਿਤ ਹੈ ਜੀ ਆਪਸ਼ਨ ਨੰਬਰ ਸੀ ਸੌਕਾ ਸਬਤ ਹੋ ਜੀਏ ਅਮਰਤਾ ਸ਼ੇਰਗਲ ਕਿੰਨਾ ਸਮਤੀ ਸੀ ਜੀ ਆਪਸ਼ਨ ਨੰਬਰ ਬੀ ਚિત੍ਰਕਾਰੀ ਨਾ ਪਗੜੀ ਸੰਭਾਲ ਜਿਹੜਾ ਹੈਗਾ ਜੀ ਉਹ ਸਮਾਂ ਕਿਹੜਾ ਸੀ 1907 ਤੇ 8 ਅੱਗੇ ਆ ਜੀ ਆਪਸ਼ਨ ਨੰਬਰ ਏ 39 ਆ ਜੀ ਉਹਨਾਂ ਪੁੱਛਿਆ ਕਿ ਕਿਹੜਾ ਦਿਮਾਗ ਦੇ ਜਿਹੜਾ ਕਹਿੰਦੇ ਨੇ ਦੇਖਣ ਲਈ ਗੈਰ ਹਮਲਾਵਰ ਵਿਧੀਆਂ ਜੀ ਤਾਂ ਆਪਸ਼ਨ ਨੰਬਰ ਡੀ ਠੀਕ ਹੈ ਜੀ ਇਹਦੇ ਵਿੱਚ ਸੀ ਤੇ ਡੀ ਦੇ ਵਿੱਚੋਂ ਦੇਖ ਸਕਦੇ ਹਾਂ ਜੀ ਵੈਸੇ ਡੀ ਦਾ ਜ਼ਿਆਦਾ ਕਹਿੰਦੇ ਆ ਜੀ ਪਰ ਸੀ ਤੇ ਡੀ ਦੇ ਵਿੱਚੋਂ ਹੈਗਾ ਜੀ ਠੀਕ ਹੈ ਇਹਨਾਂ ਵਿੱਚ ਆਨਸਰ ਹੋਊਗਾ ਜੀ ਇੱਕ ਅੱਗੇ ਆ ਜੀ ਰਾਜ ਸਭਾ ਦੇ ਮੈਂਬਰ ਬਣ ਲਈ ਉਹਨਾਂ ਪੁੱਛਿਆ ਜੀ ਆਪਸ਼ਨ ਨੰਬਰ ਬੀ ਆ ਜੀ 30 ਸਾਲ ਮਨਕੀਸ਼ ਪੁੱਛੀ ਆ ਜੀ ਬੱਚੇ ਦੇ ਸਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਜੀ ਆਪਸ਼ਨ ਨੰਬਰ ਏ 206 ਅੱਗੇ ਆ ਜੀ ਪੋਕਸੋ ਇਹਦਾ ਇੱਕ ਟੈਗ ਹੈ ਜੋ ਕਿੰਨਾ ਸਬੰਧਤ ਹੈ ਜੀ ਆਪਸ਼ਨ ਏ ਬਾਲ ਜਿੰਸੀ ਸ਼ੋਸ਼ਣ ਦੇ ਉਪਰਾਹਨਾ ਵਾਲਾ ਜੀ ਆਪਸ਼ਨ ਨੰਬਰ ਏ ਕਿਹੜਾ ਗ੍ਰਹਿ ਸੂਰਜ ਦੇ ਨੇੜੇ ਆ ਜੀ ਆਪਸ਼ਨ ਨੰਬਰ ਏ ਬੁੱਧ ਅਗਲਾ ਜੀ ਭਾਰਤ ਨੇ ਪਹਿਲਾ ਟੈਸਟ ਕਿਦੋਂ ਖੇਡਿਆ ਸੀ 1932 ਦੇ ਵਿੱਚ ਅਗਿਆ ਜੀ ਸ਼ਬਦ ਜੋ ਕੀ ਕਿੰਨਾ ਸਬੰਧਤ ਹੈ ਜੀ ਆਪਸ਼ਨ ਬੀ ਕੋਡ ਸਵਾਰੀ ਨਾ ਜਿਹੜਾ ਜੈਲਕਸੀ ਆੜੀ ਬਹੁਤ ਹੀ ਮਤਮ ਪੂਰਨਾ ਗਾੜੀ ਬੰਦਾ ਇਹਦਾ ਬੜਾ ਚਰਚਾ ਰਹੀ ਸੀ ਜੀ ਆਪਸ਼ਨ ਨੰਬਰ ਸੀ ਜੁਕ੍ਰੇਂਦਰ ਰਾਸ਼ਟਰਪਤੀ ਅਗਿਆ ਜੀ ਕਿਸ ਸਾਲ ਭਾਰਤੀ ਜਿਹੜੀ ਫਿਲਮ ਹੈ ਰਾਜਾ ਰਹੀਸ਼ ਚੰਦਰ ਬਣੀ ਗਈ ਸੀ ਜੀ অপਸ਼ਨ ਨੰਬਰ ਏ ਠੀਕ ਹੈ ਜੀ 1913 ਅਗਿਆ ਟੇਲ ਆਫ ਟੂ ਸਿਟੀਜ਼ ਕਿਤਾਬ ਦਾ ਲੇਖਕ ਕੌਣ ਹੈ ਜੀ ਚਾਰਲਸ ਡਿਕਨਸ ਅਗਿਆ ਜੀ ਭਾਬੀ ਮੈਣਾ ਦਾ ਲੇਖਕ ਕੌਣ ਹੈ ਜੀ ਨਾਵਲ ਦਾ ਗੁਰਬਖਸ਼ ਸਿੰਘ অপਸ਼ਨ ਨੰਬਰ ਏ ਕੈਨੇਡਾ ਦੀ ਰਾਜਧਾਨੀ ਪੁੱਛਿਆ ਜੀ ਟੋਟਾਵਾ অপਸ਼ਨ ਨੰਬਰ ਸੀ ਤੇ ਆ ਸੀ ਜੀ ਮੇਨ ਪੇਪਰ ਦੀ ਆਪਾਂ ਐਨਾਲਿਸਿਸ ਕੀਤਾ ਸੀ ਜੀ ਤੇ ਤੁਸੀਂ ਆਪਣੇ ਅਨਸਰ ਦੇਖ ਸਕਦੇ ਤੁਸੀਂ ਕਿਹੜੇ ਕਿਹੜੇ ਲਾਏ ਆ ਜੀ ਤੇ ਬਾਕੀ ਆ ਕਿ ਜੇ ਮੇਰਾ ਕੋਈ ਗਲਤ ਆ ਜੀ ਤੁਸੀਂ ਉਹਦਾ ਕਮੈਂਟ ਬਾਕਸ ਮੈਸੇਜ ਕਰ ਸਕਦੇ ਹੋ ਜੀ ਕਿਉਂਕਿ ਕਈ ਵਾਰ ਮੈਂ ਵੀ ਗਲਤ ਹੋ ਸਕਦਾ ਜੀ ਬਾਕੀ ਆ ਕਿ 95% ਅਨਸਰ ਆ ਜੀ ਸਹੀ ਆ ਜੀ ਤੇ ਆਪਣੀ ਤਿਆਰੀ ਕਰਦੇ ਰਹੋ ਜਿਨ੍ਹਾਂ ਪੇਪਰ ਨਹੀਂ ਦਿੱਤਾ ਉਹ ਵੀ ਇੱਕ ਵਾਰੀ ਐਨਾਲਿਸਿਸ ਦੇਖੋ ਤੇ ਬਾਕੀ ਪੀਡੀਏ ਮੈਟਲਿੰਗ ਗਰੁੱਪ ਤੇ ਪਾਈ ਆ ਜੀ ਤੁਸੀਂ ਦੇਖੋ ਕਿਦਾਂ ਸਵਾਲ ਆ ਰਹੇ ਆ ਕਿਉਂਕਿ ਨੈਕਸਟ ਡੇ ਆਉਣ ਵਾਲੇ ਐਗਜ਼ਾਮ ਉਹਨਾਂ ਦੇ ਵਿੱਚ ਇਦਾਂ ਦੇ ਹੀ ਸਵਾਲ ਤੁਹਾਨੂੰ ਦੇਖਣ ਨੂੰ ਮਿਲਣੇ ਆ